ਪੰਜਾਬ ਸਰਕਾਰ ਅਤੇ ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸੂਬੇ ਨੂੰ ਹਮੇਸ਼ਾ ਨਵੀਂ ਦਿੱਖ ਦੇਣ ਅਤੇ ਸੜਕਾਂ ਦੀ ਬੁਨਿਆਦੀ ਸਹੂਲਤ ਨੂੰ ਦਰੁਸਤ ਕਰਨ ਦੇ ਵੱਡੇ ਵੱਡੇ ਬਿਆਨ ਜ਼ਮੀਨੀ ਹਕੀਕਤਾਂ ਤੋਂ ਕੂਹਾਂ ਦੂਰ ਜਾਪ ਰਹੇ ਨੇ, ਜਿਸ ਦੀ ਤਾਜ਼ਾ ਮਿਸਾਲ ਬਰਨਾਲਾ ਵਿਖੇ ਵੇਖਣ ਨੂੰ ਮਿਲੀ ਹੈ, ਜਿੱਥੇ ਇੱਕ ਦਿਨ ਪਹਿਲਾਂ ਬਣਾਈ ਗਈ ਸੜਕ ਜ਼ਮੀਨ ਦੇ ਅੰਦਰ ਧੱਸ ਗਈ ਅਤੇ ਜਿਸ ਨੇ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਜ਼ਿਕਰਯੋਗ ਹੈ ਕਿ ਬਰਨਾਲਾ ਤੋਂ ਹੰਡਿਆਇਆ ਰੋਡ ਦੀ ਇਹ ਸੜਕ 2 ਵਾਰ ਪਹਿਲਾਂ ਵੀ ਬਣਾਈ ਜਾ ਚੁੱਕੀ ਹੈ ਅਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਸੇ ਸੜਕ ਨੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਉੱਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਇਸ ਮੌਕੇ ਆਮ ਲੋਕਾਂ ਨੇ ਅਧਿਕਾਰੀਆਂ ਦੀ ਅਣਗਹਿਲੀ ਵਰਤਣ ਦਾ ਦੋਸ਼ ਲਗਾਉਂਦਿਆਂ ਦੂਜੇ ਦਿਨ ਹੀ ਧੱਸ ਚੁੱਕੀ ਸੜਕ ਦੀ ਨਿਰਪੱਖ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਪੰਜਾਬ ਦੇ ਵਿੱਚ ਜੋ ਵੀ ਅੱਜ ਕੱਲ੍ਹ ਮਟੀਰੀਅਲ ਪਾਇਆ ਜਾਂਦਾ ਸਭ ਨਕਲੀ ਆ। ਇਹ 5 ਸਾਲ ਬਾਅਦ ਕੰਮ ਹੋਇਆ ਸੀ, ਫਿਰ ਵੀ ਤਸੱਲੀ ਨਾਲ ਨਹੀਂ ਹੋਇਆ। ਜਾਣੀ ਕਿ ਤੁਸੀਂ ਦੇਖ ਸਕਦੇ ਹੋ ਕਿਵੇਂ ਕਿ ਪਾਣੀ ਸਾਰੇ ਧਰਤੀ ਥੱਲੇ ਆ ਚੁੱਕਿਆ, ਸੜਕ ਬਹਿ ਚੁੱਕੀਆਂ ਨੇ, ਖੱਡੇ ਹੋ ਚੁੱਕੇ ਨੇ। ਇਸਦਾ ਜੋ ਕੋਈ ਵੀ ਕਾਰਨ ਹੋ ਸਕਦਾ, ਪ੍ਰਸ਼ਾਸਨ ਜ਼ਿੰਮੇਵਾਰ ਹੈ, ਜੋ ਲੋਕਾਂ ਦੀ ਕਿਉਂਕਿ ਜਾਨ ਖਤਰੇ ਵਿੱਚ ਇਸ ਟਾਈਮ। ਇਸ ਨੂੰ ਕੁਛ ਯਾਨੀ ਕਿ ਕੱਲ੍ਹ ਹੀ ਦਸ ਯਾਨੀ ਕਿ ਘੰਟੇ ਹੋਣਗੇ ਮੇਰੇ ਹਿਸਾਬ ਨਾਲ ਤਾਂ, ਕਿਉਂਕਿ ਸ਼ਾਮ ਦੇ 6 ਵਜੇ ਤੱਕ ਕੱਲ੍ਹ ਪਾਏ ਆ ਇਹ ਲੋਕਾਂ, ਅੱਜ ਯਾਨੀ ਕਿ 2 ਘੰਟੇ ਆ ਲਾਓ 2 ਵਜੇ ਤੱਕ, ਤੁਸੀਂ ਸਮਝ ਸਕਦੇ ਹੋ ਕਿੰਨਾ ਟਾਈਮ ਹੋਇਆ। ਇਸ ਮਟੀਰੀਅਲ ਸਭ ਨਕਲੀ ਹੈ ਜੀ, 2 ਵਾਰ ਹੋ ਚੁੱਕਿਆ ਜੀ। ਪ੍ਰਸ਼ਾਸਨ ਨੂੰ ਇੰਨੇ ਵਾਰੀ ਅਸੀਂ ਅਪੀਲ ਕੀਤੀ ਆ, ਰੋਜ਼ਗਾਰ ਬਾਰੇ ਅਸੀਂ ਬੈਠੇ ਰਹਿੰਦੇ ਹਾਂ, ਵਿਹਲੇ ਹੋ ਗਏ ਸਾਰੇ ਕੰਮਕਾਰ, ਸੜਕ ਦੇ ਕਦੇ ਕੁਛ ਹੋ ਜਾਂਦਾ, ਕਦੇ ਕੁਛ ਹੋ ਜਾਂਦਾ, ਐਕਸੀਡੈਂਟ ਹੁੰਦੇ ਨੇ ਜੀ। ਕਈ ਵਾਰ ਗੱਡੀਆਂ ਵੀ ਬੈਠ ਪਲ ਚੁੱਕੀਆਂ ਇੱਥੇ, ਤੁਸੀਂ ਦੇਖਿਆ ਪਿਛਲੀ ਵਾਰ ਵੀ ਉੱਥੇ ਆਪਣਾ ਸੀਵਰ ਫਟ ਚੁੱਕਿਆ ਸੀਗਾ ਜੀ, ਉਸ ਵੇਲੇ ਵੀ ਕੋਈ ਪ੍ਰਸ਼ਾਸਨ ਨੇ ਕੋਈ ਉਹ ਨਹੀਂ ਕੀਤੀ ਜੀ। ਕੱਲ੍ਹ ਲੁੱਕ ਪਾਈ ਹੈ ਜੀ, ਸੜਕ ਤਿਆਰ ਹੋਈ ਹੈ ਜੀ, ਜਦੋਂ ਸਵੇਰੇ ਦੇਖਿਆ ਤਾਂ ਆਹ ਹਾਲ ਸੜਕ ਦਾ ਹੋਇਆ ਪਿਆ ਜੀ, ਸਾਰੀ ਟੁੱਟੀ ਹੈ। ਨੁਕਸਾਨ ਤੋਂ ਬਚ ਗਏ, ਗੱਲ ਐਂ ਵੀ ਟਰਾਲੇ ਵਾਲਾ ਸੀਗਾ ਉਹ ਬਚ ਗਿਆ, ਗੱਡੀਆਂ ਗੁੱਡੀਆਂ ਵਾਲੇ ਬਚ ਗਏ ਜੀ, ਬਹੁਤ ਦਿੱਕਤ ਆ। ਕਾਰਨ ਤਾਂ ਇਹ ਹੈ ਵੀ ਹੁਣ ਪਤਾ ਹੀ ਆ ਜੀ ਵੀ ਮਟੀਰੀਅਲ ਕਿਹੋ ਜਿਹਾ ਪਾਇਆ ਜੀ, ਮਾੜਾ ਮਟੀਰੀਅਲ ਕਰਕੇ ਹੋਇਆ ਜੀ ਇਹ ਕੰਮ, ਠੀਕ ਹੈ ਨਾ ਜੀ। ਗੱਲ ਜੇ ਕੋਈ ਚੰਗਾ ਹੁੰਦਾ ਤਾਂ ਇੱਦਾਂ ਨਾ ਹੁੰਦਾ ਹੀ ਨਹੀਂ ਸੀ ਕੰਮ, ਇਹ ਤਾਂ ਪਹਿਲੀ ਵਾਰ ਦੇਖਿਆ ਜ਼ਿੰਦਗੀ 'ਚ ਇਹ ਕੰਮ। ਇੰਟਰਨੈਟ ਦੀਆਂ ਤਾਰਾਂ ਪਾਈਆਂ ਜਾ ਰਹੀਆਂ ਨੇ ਅੰਡਰਗਰਾਊਂਡ, ਉਹ ਡਰਿੱਲ ਕੀਤੀ ਗਈ ਹੈ ਸੜਕ ਦੇ ਨੀਚੇ ਦੀ, ਉੱਥੇ ਪਾਣੀ ਦੀ ਪਾਈਪ ਟੁੱਟਣ ਕਾਰਨ ਪਾਣੀ ਜੋ ਹੈ ਉਹ ਡਰਿੱਲ ਵਿੱਚ ਜਾਣ ਕਾਰਨ ਸੜਕ ਦੱਬ ਗਈ ਹੈ। ਇਸਦੇ ਬਾਰੇ ਸਾਡੇ ਮਹਿਕਮੇ ਤੋਂ ਕੋਈ ਜਾਣਕਾਰੀ, ਇਸ ਕੰਪਨੀ ਦਾ ਸਾਡੇ ਮਹਿਕਮੇ ਨਾਲ ਕੋਈ ਹਾਲ ਤਾਈਂ ਤਾਲਮੇਲ ਕੀਤਾ ਨਹੀਂ ਗਿਆ ਸੀ, ਪਹਿਲਾਂ ਵੀ ਕੋਈ ਮਨਜ਼ੂਰੀ ਨਾ ਕੰਪਨੀ ਵੱਲੋਂ ਸਾਡੇ ਤੋਂ ਨਹੀਂ ਲਈ ਜਾਂਦੀ। ਇਸ ਵਾਰ ਅਸੀਂ ਪਤਾ ਕਰ ਰਹੇ ਹਾਂ ਕਿ ਕਿਸ ਕੰਪਨੀ ਨੇ ਲਾਈ ਆ, ਉਸ ਤੋਂ ਬਾਅਦ ਇਸਦਾ ਉਹਨਾਂ ਨੂੰ ਜ਼ਿਆਦਾਤਰ ਤਾਂ B&R ਡਿਪਾਰਟਮੈਂਟ ਦਾ ਰੋਲ ਹੈਗਾ, ਕਿਉਂਕਿ ਸੜਕ ਉਹਨਾਂ ਦੀ ਦਫੀ ਹੈ, ਉਹਨਾਂ ਨੇ ਬਣਾਉਣੀ ਹੈਗੀ ਹੈ ਇਸ ਵਾਰ। ਇਸਦਾ ਅਸੀਂ ਹੁਣ ਪਾਣੀ ਸਪਲਾਈ ਲਈ ਅਸੀਂ ਕਰ ਰਹੇ ਹਾਂ, ਇਸਦੀ ਮੁਰੰਮਤ ਕਰ ਰਹੇ ਹਾਂ, ਅਤੇ ਇਸਦਾ ਅਸੀਂ ਜੋ BT ਬਿੱਲ ਬਣਦਾ ਉਹ ਕੰਪਨੀ ਦਾ ਪਤਾ ਲੱਗਣ 'ਤੇ ਉਹਨਾਂ ਨੂੰ ਭੇਜਿਆ ਜਾਊਗਾ, ਤਾਂ ਖਰਚਾ ਕੰਪਨੀ ਤੋਂ ਲਿਆ ਜਾਊਗਾ।